ਪੰਜਾਬ ਸਰਕਾਰ ਅੰਮ੍ਰਿਤਸਰ ਦੇ ਸੰਪੂਰਨ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਵਿਚਾਰ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੇਰਹ ਖਜ਼ਾਨਾ ਤੋਂ ਸੁਲਤਾਨਵਿੰਗ ਗੇਟ ਤੱਕ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਹੋ ਕੇ ਜਾਂਦੀ ਸੜਕ ਦੇ ਬਿਊਟੀਫਿਕੇਸ਼ਨ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਸਾਂਝੇ ਕੀਤੇ। ਉਹਨਾਂ ਆਖਿਆ ਕਿ ਇਸ ਕੰਮ ਤੇ 34 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਰਦਾਰ ਸਿੱਧੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀ ਸੜਕਾਂ ਦੀ ਮੁੜ ਉਸਾਰੀ ਲਈ 34 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ। ਵਿਧਾਇਕ ਇੰਦਰਬੀਰ ਸਿੰਘ ਬੁਲਾਰੇ ਨੇ ਇਹਨਾਂ ਕਾਰਜਾਂ ਲਈ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਵਿਧਾਇਕ ਡਾਕਟਰ ਰਾਜ ਕੁਮਾਰ, ਵਿਧਾਇਕ ਸੁਨੀਲ ਦੱਤੀ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵੀ ਵਿਚਾਰ ਸਾਂਝੇ ਕੀਤੇ। ਕੌਂਸਲਰ ਦਲਬੀਰ ਸਿੰਘ ਮਮਨਕੇ, ਕੌਂਸਲਰ ਅਸ਼ਵਨੀ ਵਰਮਾ, ਕੌਂਸਲਰ ਮੋਹਨ ਸਿੰਘ, ਕੌਂਸਲਰ ਸਨੀ ਕੁੰਦਰਾ, ਬਲਵਿੰਦਰ ਸਿੰਘ, ਸ਼ਾਹ ਵਰਿੰਦਰ ਸਹਿਦੇਵ, ਪੁਨਰਦੀਪ ਸਿੰਘ ਬੁਲਾਰੀਆ, ਜਸ਼ਨਦੀਪ ਸਿੰਘ ਬੁਲਾਰੀਆ ਸਮੇਤ ਵੱਡੀ ਗਿਣਤੀ ਚ ਲੋਕ ਮੌਜੂਦ ਸਨ। ਇੱਕ ਸੁਪਨਾ ਸੀ, ਇੱਕ ਖਾਬ ਸੀ। ਹਲਕਾ ਦੱਖਣੀ ਦੇ ਵਿੱਚ ਮੇਰੇ ਸਵਰਗੀ ਪਿਤਾ ਸਰਦਾਰ ਰਮਿੰਦਰ ਸਿੰਘ ਬੁਲਾਰੀਆ ਜੀ ਨੇ ਸਨ 2000 ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹਨਾਂ ਦੇ ਮਨ ਚ ਇੱਕੋ ਗੱਲ ਸੀ ਕਿ ਮੈਂ ਹਲਕਾ ਦੱਖਣੀ ਨੂੰ ਔਰੰਜ ਰੋਡ ਵਰਗਾ, ਮਾਲ ਰੋਡ ਵਰਗਾ ਉਹੋ ਜੀ ਦੇਖ ਮੈਂ ਆਪਣੇ ਹਲਕੇ ਦੀਆਂ ਸੜਕਾਂ ਨੂੰ ਦੇਣੀਆਂ ਨੇ। ਮੈਂ ਬੜੇ ਮਾਣ ਨਾਲ ਕਹਿੰਦਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਜੋ ਸੁਪਨੇ 2000 ਚ ਲਏ ਸੀਗੇ, ਅੱਜ ਕੈਪਟਨ ਸਾਹਿਬ ਦੀ ਸਰਕਾਰ ਦੇ ਆਲਾ ਵਜ਼ੀਰ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਔਰ ਸਮੁੱਚੀ ਟੀਮ ਅੱਜ ਉਹ ਸੁਪਨੇ ਸਾਡੇ ਪੂਰੇ ਕਰਨ ਜਾ ਰਹੀ ਹੈ। ਮੇਰੇ ਵੀਰੋ, ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ, ਜਿਹੜਾ ਤੇਰਾ ਸੁਪਨਾ ਹੈ ਅੰਮ੍ਰਿਤਸਰ ਨੂੰ ਇੱਕ ਪਵਿੱਤਰ ਦਰਜਾ ਦੇਣ ਦਾ, ਅੰਮ੍ਰਿਤਸਰ ਨੂੰ ਵਿਕਾਸ ਦੀ ਲੀਹਾਂ ਤੇ ਲਿਆਉਣ ਦਾ, ਇੱਥੇ ਦੀ ਇੰਡਸਟਰੀ, ਇੱਥੇ ਦਾ ਮਜ਼ਦੂਰ, ਇੱਥੋਂ ਦਾ ਕਿਸਾਨ ਇਹ ਖੁਸ਼ਹਾਲ ਹੋਵੇ, ਇਹ ਸੁਪਨਾ ਲੈ ਕੇ ਇਹ ਅੱਜ ਅਰਦਾਸ ਦੇ ਰੂਪ ਦੇ ਵਿੱਚ ਇਹ ਪ੍ਰੋਜੈਕਟ ਤੁਹਾਡੇ ਸਾਹਮਣੇ। ਇਹ ਇੰਦਰਬੀਰ ਬਲੌਰੀਆ ਜੀ ਜਿਹਨੂੰ ਕਹਿੰਦੇ ਕਿ ਗੁਰੂ ਮਹਾਰਾਜ ਦੀ ਜਿੱਤੇ ਅਪਾਰ ਕਿਰਪਾ ਹੋ, ਇਹ ਸੇਵਾ ਸੰਭਾਲ ਦਾ ਕੰਮ ਕਿਸੇ ਪਾਪੀ ਅਪਰਾਧੀ ਨੂੰ ਨਹੀਂ ਜੇ ਮਿਲਦਾ, ਇਹ ਗੁਰੂ ਦੇ ਸਿੱਖ ਨੂੰ ਮਿਲਦਾ, ਗੁਰੂ ਦੀ ਮਰਿਆਦਾ ਚ ਰਹਿਣ ਵਾਲੇ ਇਨਸਾਨ ਨੂੰ ਮਿਲਦਾ। ਅੱਜ ਉਹ ਸੁਪਨਾ ਪੂਰਾ ਹੋਣ ਜਾ ਰਿਹਾ, ਉਹ ਸੁਪਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਸਾਡੇ ਬੜੇ ਸੁਚੱਜੇ ਆਗੂ, ਇੱਕ ਸੰਨਿਆਸੀ ਕਹਾਂਗਾ ਸਾਡੇ ਮਿਨਿਸਟਰ ਨਵਜੋਤ ਸਿੰਘ ਸਿੱਧੂ ਜੀ, ਇੱਕ ਜਿਹੜਾ ਪ੍ਰੋਜੈਕਟ ਲੈ ਕੇ ਆਏ ਨੇ 32 ਕਰੋੜ ਦਾ, 34 ਕਰੋੜ ਦਾ। ਸਿੱਧੂ ਸਾਹਿਬ, ਇਹ 'ਚ ਕੋਈ ਸ਼ੱਕ ਨਹੀਂ ਅੰਮ੍ਰਿਤਸਰ ਲਈ ਬੜੀਆਂ ਬੜੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਪਰ ਜੋ ਤੁਸੀਂ ਗੁਰੂ ਦੀ ਨਗਰੀ ਲਈ ਪ੍ਰੋਜੈਕਟ ਲੈ ਕੇ ਆਏਗੇ ਉਹ ਲੋਕ ਯਾਦ ਰੱਖਣਗੇ ਜਦੋਂ ਉਹ ਬਰਾਤਲ 'ਤੇ ਸਾਰੇ ਉੱਭਰ ਕੇ ਸਾਹਮਣੇ ਆਉਣਗੇ। ਪਵਿੱਤਰ ਸਥਾਨ ਸਾਡਾ ਜੇ ਹਰਿਮੰਦਰ ਸਾਹਿਬ, ਦੁਰਗਿਆਨਾ ਤੀਰਥ, ਭਗਵਾਨ ਵਾਲਮੀਕ ਤੀਰਥ ਤੋਂ ਇਲਾਵਾ ਸਭ ਤੋਂ ਜ਼ਿਆਦਾ ਸਜਦਾ ਲੋਕ ਕਰਦੇ ਨੇ ਇਸ ਦਰਬਾਰ 'ਤੇ ਕਰਦੇ ਨੇ ਬਾਬਾ ਦੀਪ ਸਿੰਘ ਜੀ ਦੇ। ਔਰ ਇਸ ਏਰੀਏ ਦੀ ਸੁੰਦਰਤਾ ਉੰਨੀ ਖੂਬਸੂਰਤ ਹੋਣੀ ਚਾਹੀਦੀ ਹੈ ਜਿੰਨੀਆਂ ਖੂਬਸੂਰਤ ਉਹਨਾਂ ਸ਼ਹਾਦਤਾਂ ਦਿੱਤੀਆਂ ਨੇ। ਅੱਜ ਗੁਰੂ ਮਹਾਰਾਜ ਨੇ ਆਸ਼ੀਰਵਾਦ ਦਿੱਤਾ ਹੈ ਕਿ ਇਹ ਕੰਮ ਜਿਹੜੇ ਨੇ ਸਿੱਧੂ ਸਾਹਿਬ ਜਿਹੜੇ ਅੰਮ੍ਰਿਤਸਰ ਦੀ ਨੁਹਾਰ ਬਦਲ ਰਹੇ ਨੇ ਕਰ ਰਹੇ ਨੇ। ਅੱਜ ਮੈਨੂੰ ਯਾਦ ਆਉਂਦੇ ਨੇ ਆਪਣੇ ਮਿੱਤਰ ਰਮਿੰਦਰ ਬਲੌਰੀਆ ਜੀ, ਜਿਹੜੇ ਕਿ ਹਮੇਸ਼ਾ ਹੀ ਯਤਨਸ਼ੀਲ ਰਹੇ ਸੀ ਕਿ ਇਹ ਸੜਕੇ ਨੂੰ ਬਿਲਕੁਲ ਚਮਕਾ ਦੇਣਾ ਹੈ। ਉਹ ਮੈਂ ਖੁਸ਼ੀ ਦਾ ਦਾਰ ਦੱਸਦਾ ਕਿ ਇੰਦਰਬੀਰ ਬਲੌਰੀਆ ਜੀ ਜਿਹੜੇ ਤੁਹਾਡੇ ਹਰ ਦਿਲ ਅਜ਼ੀਜ਼ ਨੇ, ਉਹ ਆਪਣੇ ਪਿਤਾ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਅੱਜ ਇੱਥੇ ਆਏ ਨੇ। ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਹਮਣੇ ਰਮਿੰਦਰ ਬਲੌਰੀਆ ਜੀ ਨੇ ਸੋਚੇ ਸੀ ਉਹ ਸੁਪਨੇ ਅੱਜ ਇੰਦਰਬੀਰ ਬਲੌਰੀਆ ਜੀ ਇੱਕ ਇੱਕ ਉਹਨਾਂ ਦਾ ਸੁਪਨਾ ਪੂਰਾ ਕਰ ਰਹੇ ਨੇ। ਅੱਜ ਇਸ ਗੱਲ ਦਾ ਮੈਨੂੰ ਮਾਣ ਆ, ਫਖਰ ਆ ਕਿ ਅੱਜ ਇੱਕ ਸਿਆਣਪ ਤਾਂ ਕੀਤੀ ਕਿ ਤੁਸੀਂ MLA ਵੀ ਟੌਹਰੀ ਚੁਣਿਆ ਇੱਥੋਂ ਦਾ, ਔਰ ਇਸੇ ਸਿਆਣਪ ਨਾਲ ਜਿੱਦਾਂ ਦਾ ਟੌਹਰੀ MLA ਉੱਦਾਂ ਦਾ ਇਹ ਟੌਹਰੀ ਹਲਕਾ ਬਣ ਗਿਆ ਔਰ ਇਹ ਹਲਕਾ ਬਣ ਜਾ ਰਿਹਾ। ਅੱਜ ਸਾਡੇ ਇੱਕ ਜਿਹੜੀ ਇੱਕ ਉਸਾਰੂ, ਇੱਕ ਅਗਾਂਹ ਵਧੂ ਸੋਚ, ਇੱਕ ਮਾਡਰਨ ਸੋਚ, ਇੱਕ ਜਿਹੜੀ ਅੱਜ ਸਮਾਰਟ ਸਿਟੀ ਨੂੰ
असली स्मार्ट सिटी की दिख देने वाली सोच वो साडे विधायक इंद्रदीप सिंह बुलारिया जी की है। और सब तो वे वधिया गल ये है, सोने ते सुहागा उदों हो जांदा कि जदों इन्हां दा बहुत ज़्यादा मान सत्कार, इन्हां दा बहुत ज़्यादा आदर मान करदे ने साडे जिहड़े लोकल गवर्नमेंट मिनिस्टर ने नवजोत सिंह सिद्धू जी। ते मैं तुहाडियां देनियां नहीं दे सकदा, लेकिन अज ते गुजरिया जिहड़ा कल जदों मैं इह दात लै के आया बाबे दी, इह मेरी जिंदगी दे सब तों वड्डे दिन ने, क्योंकि ये दो दिन दे विच मैं यह जिया अनाउंसमेंटा कर जा रहा जड़िया बाबे नानक ने भाग लिख के किसी देनिया ने, जरिया बना के किसी देनिया ने। कहते इंसान दे अजम और हिम्मत का जो दूर किनारा हुंदा है तूफान डुब्बी किश्ती का बाबा दीप सिंह सहारा। असी इस 34 करोड़ रुपया ला के इस सड़क के उत्ते एक म्यूजियम बना के महाराजा रणजीत सिंह वर्गे बादशाह दीआं कथावां सुना के असी इहदी असी दिख बना दीए कि अगलियां पीढ़ियां इहदे तों प्रेरणा लैण, इस इतिहास तों प्रेरणा लैण।